ਇਹ ਪਪੇਟਰ ਦੀ ਸੀਟੀ ਬਣਾਉਣ ਲਈ ਤੁਹਾਨੂੰ ਦੋ ਆਈਸਕ੍ਰੀਮ ਦੇ ਟੱਕੇ, ਦੋ ਰਬਰ ਬੈਂਡ, ਦੋ ਮਾਚਿਸ ਦੀਆਂ ਤੀਲੀਆਂ ਅਤੇ ਪੇਪਰ ਸਟ੍ਰਿਪ ਚਾਹੀਦੀ ਹੈ। ਮਾਚਿਸ ਦੀਆਂ ਤੀਲੀਆਂ ਨੂੰ ਦੋ ਹਿੱਸਿਆਂ ਵਿੱਚ ਤੋੜ ਲਓ ਅਤੇ ਉਹਨਾਂ ਦੀ ਪੋਟਾਸ਼ ਨੂੰ ਸਿੱਟ ਦਿਓ। ਪੇਪਰ ਸਟ੍ਰਿਪ ਲਓ ਅਤੇ ਉਸਨੂੰ ਆਈਸਕ੍ਰੀਮ ਦੀਆਂ ਦੋ ਡੰਡੀਆਂ ਦੇ ਵਿਚਕਾਰ ਰੱਖ ਲਓ। ਹੁਣ ਦੋਨੋਂ ਡੰਡੀਆਂ ਨੂੰ ਰਬਰ ਬੈਂਡ ਨਾਲ ਬੰਨ੍ਹ ਦਿਓ। ਇੱਕ ਮਾਚਿਸ ਦੀ ਤੀਲੀ ਲਓ ਅਤੇ ਉਸਨੂੰ ਪੇਪਰ ਸਟ੍ਰਿਪ ਉੱਪਰ ਰੱਖ ਦਿਓ। ਫਿਰ ਇਸ ਤੀਲੀ ਨੂੰ ਰਬਰ ਬੈਂਡ ਵੱਲ ਖਿਸਕਾ ਲਿਓ। ਦੂਜੀ ਰਬਰ ਬੈਂਡ ਨੂੰ ਤੀਲੀਆਂ ਦੀ ਦੂਜੀ ਨੁੱਕਰ ਵੱਲ ਬੰਨ੍ਹ ਦਿਓ। ਹੁਣ ਦੂਜੀ ਤੀਲੀ ਲਓ ਅਤੇ ਉਸਨੂੰ ਦੂਜੀ ਰਬਰ ਬੈਂਡ ਵੱਲ ਖਿਸਕਾਓ। ਸੀਟੀ ਤਿਆਰ ਹੈ। ਇਸਨੂੰ ਆਪਣੇ ਮੂੰਹ ਵਿੱਚ ਰੱਖੋ ਅਤੇ ਉਸ ਵਿੱਚ ਹਵਾ ਮਾਰੋ। ਕਾਗਜ਼ ਦੀ ਪੱਟੀ ਹਿੱਲੇਗੀ ਅਤੇ ਇਹ ਬਹੁਤ ਵਧੀਆ ਸੁਰ ਕੱਢੇਗੀ। ਰਬਰ ਬੈਂਡ ਦੀ ਥਾਂ 'ਤੇ ਤੁਸੀਂ ਧਾਗਾ ਵੀ ਵਰਤ ਸਕਦੇ ਹੋ।